ਮਰਨਾ ਸੱਚ ਹੈ, ਹਰ ਇੱਕ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ, ਪਰ ਕੁਝ ਲੋਕ ਜਿਉਂਦੇ ਜੀ ਕੁਝ ਅਜਿਹਾ ਕੰਮ ਕਰ ਜਾਂਦੇ ਹਨ ਜੋ ਇਲਾਕਾ ਤੱਕ ਹੀ ਦੁਨੀਆ ਲਈ ਮਿਸਾਲ ਬਣ ਜਾਂਦਾ ਹੈ। ਇਹੋ ਜਿਹਾ ਹੀ ਕੰਮ ਪਿੰਡ ਧਿਆਨ ਸਿੰਘ ਵਿਖੇ ਸਵਰਗੀ ਸਰਦਾਰ ਸ਼ਿੰਗਾਰਾ ਸਿੰਘ ਨੇ ਕੀਤਾ। ਸ਼ਿੰਗਾਰਾ ਸਿੰਘ ਨੇ ਦੁਨੀਆ ਨੂੰ ਤਾਂ ਅਲਵਿਦਾ ਕਹਿ ਦਿੱਤਾ, ਪਰ ਜਿਉਂਦੇ ਜੀ ਕੀਤਾ ਉਹਨਾਂ ਦਾ ਇਹ ਕੰਮ ਇਲਾਕਾ ਅਤੇ ਦੇਸ਼ ਵਾਸੀ ਯਾਦ ਰੱਖਣਗੇ। ਆਓ ਦੇਖਦੇ ਹਾਂ ਜਿਉਂਦੇ ਜੀ ਉਹਨਾਂ ਨੇ ਕਿਹੜਾ ਇਹੋ ਜਿਹਾ ਕੰਮ ਕੀਤਾ ਜੋ ਸਾਰਾ ਪਿੰਡ ਵਾਸੀ ਫਖਰ ਮਹਿਸੂਸ ਕਰ ਰਹੇ ਹਨ। ਆਓ ਦੇਖਦੇ ਹਾਂ ਦਰਸ਼ਨ ਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ, ਮੈਂ ਦਰਸ਼ਨ ਕੌਰ ਬਿਦਾਦਪੁਰ, ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ। ਅੱਜ ਅਸੀਂ ਪਹੁੰਚੇ ਹਾਂ ਪਿੰਡ ਧਿਆਨਪੁਰ, ਜਿੱਥੇ ਕਿ ਸਰਦਾਰ ਸ਼ਿੰਗਾਰਾ ਸਿੰਘ ਜੀ ਨੇ ਆਪਣੀ ਬੋਡੀ ਜਿਹੜੀ ਆ ਇੱਕ ਸਮਾਜ ਨੂੰ ਅਰਪਣ ਕਰ ਦਿੱਤੀ, ਅਤੇ ਉਹਨਾਂ ਦੇ ਜਿਹੜੇ ਬੇਟੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਤੁਹਾਡੀ ਕਰਾਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੀ ਨਾਮ ਜੀ ਆਪਣਾ? ਹਾਂਜੀ, ਜੋ ਅਸੀਂ ਇੱਥੇ ਪਿੰਡ ਧਿਆਨਪੁਰ ਦੇ ਵਿੱਚ ਬਹੁਤ ਵਧੀਆ ਚਰਚਾ ਸੁਣੀ ਆ ਕਿ ਜੋ ਤੁਹਾਡੇ ਫਾਦਰ ਸਾਹਿਬ ਸੀ ਉਹਨਾਂ ਨੇ ਆਪਣੀ ਬੋਡੀ ਜਿਹੜੀ ਆ ਸਮਾਜ ਨੂੰ ਇੱਕ ਦਾਨ ਕੀਤੀ ਸੀ, ਅਤੇ ਇਹ ਕਦੋਂ ਦੀ ਗੱਲ ਆ ਜੀ ਅਤੇ ਕਿਸ ਤਰ੍ਹਾਂ ਕੀਤੀ? 26 ਅਗਸਤ 2008 ਹਾਂਜੀ ਵਿੱਚ ਉਹਨਾਂ ਦੀ ਮਿਤਕ ਦੇਹ ਨੂੰ ਅਸੀਂ ਲੈ ਕੇ ਅੰਮ੍ਰਿਤਸਰ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਦਿੱਤੀ। ਉਹਨਾਂ ਨੇ ਮੇਰੇ ਮਰਨ ਉਪਰੰਤ ਪਹਿਲਾਂ ਹੀ ਆਪਣੇ ਕਾਗਜ਼ ਪੱਤਰ ਬਣਾ ਕੇ ਮੈਨੂੰ ਦੇ ਦਿੱਤੇ ਸੀ। ਉਹਨਾਂ ਨੇ ਮੈਨੂੰ ਆਖਿਆ ਕਿ ਮੇਰੀ ਸੰਸਕਾਰ ਨਹੀਂ ਕਰਨਾ, ਮੇਰੀ ਬੋਡੀ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਦਾਨ ਕਰਤੀ ਹੈ। ਅਸੀਂ ਇੱਥੋਂ 5-7 ਗੱਡੀਆਂ ਅਤੇ ਨਾਲ ਸੰਗਤ ਗਈ, ਉਹਨਾਂ ਨੂੰ ਅਸੀਂ ਉੱਥੇ ਦੇ ਕੇ ਉਹਨਾਂ ਨੂੰ ਠੀਕ ਕਰਕੇ ਬਹੁਤ ਹੀ ਧੰਨਵਾਦ। ਤੁਸੀਂ ਵੇਖ ਸਕਦੇ ਆ ਕਿ ਇੱਕ ਜਿਹੜੀ ਬੋਡੀ ਆ ਕਹਿੰਦੇ ਸੰਸਕਾਰ ਕਰ ਦਿੱਤਾ ਜਾਵੇ, ਉਹਨਾਂ ਨੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਕਿ ਜਿਹੜਾ ਮੇਰਾ ਅੰਗ ਅੰਗ ਆ ਉਹ ਵੀ ਕਿਤੇ ਕਿਸੇ ਦੇ ਕੰਮ ਆ ਜਾਏ। ਕਈਆਂ ਕੋਲ ਨੇਤਰ ਨਹੀਂ ਹੁੰਦੇ, ਉਹ ਨੇਤਰ ਵੀ ਉਹਨਾਂ ਨੇ ਆਪਣੇ ਜਿਹੜੇ ਜੋ A to Z ਤੱਕ ਬੋਡੀ ਦਾ ਪਾਰਟ ਉਹਨਾਂ ਨੇ ਸਾਰਾ ਹੀ ਸਮਾਜ ਨੂੰ ਜਿਹੜਾ ਦਾਨ ਕਰ ਦਿੱਤਾ। ਅਤੇ ਆਪਾਂ ਇਹਨਾਂ ਦੇ ਇੱਥੋਂ ਦੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਜੋ ਤੁਸੀਂ ਆਹ ਜਿਹੜੇ ਸਾਡੇ ਵੀਰ ਜੀ ਇਹਨਾਂ ਦੇ ਫਾਦਰ ਸਾਹਿਬ ਨੇ ਬੋਡੀ ਦਾਨ ਕੀਤੀ ਸੀ, ਉਦੋਂ ਤੁਸੀਂ ਉਸ ਟਾਈਮ ਮੌਜੂਦ ਸੀ ਜੀ? ਨਹੀਂ, ਛੋਟੇ ਹਾਂ ਜੀ। ਅੱਛਾ ਜੀ, ਠੀਕ ਆ ਜੀ। ਅਤੇ ਤੁਸੀਂ ਕੋਈ ਗੱਲਬਾਤ ਸੁਣੀ ਤਾਂ ਹੋਊਗੀ ਕਿ ਕੀ ਇਤਿਹਾਸ ਹੈ ਤੁਹਾਡੇ ਪਿੰਡ ਦਾ? ਬਹੁਤ ਵਧੀਆ ਇੱਕ ਇਤਿਹਾਸ ਹੈ। ਹਾਂਜੀ ਹਾਂਜੀ, ਲੋਕਾਂ ਦੀ ਸੇਵਾ ਕਰਦੇ ਰਹੇ। ਅੱਛਾ ਜੀ, ਇਹਨਾਂ ਦੇ ਫਾਦਰ ਸਾਹਿਬ? ਤੁਸੀਂ ਉਹਨਾਂ ਦੇ ਬਾਰੇ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਆ ਆਮ ਜਨਤਾ ਨੂੰ, ਜੋ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਬਹੁਤ ਵਧੀਆ ਜੀ, ਉਹਨਾਂ ਦਾ ਪ੍ਰੋਗਰਾਮ ਬਹੁਤ ਜ਼ੋਰਦਾਰ ਉਹਨਾਂ ਨੂੰ ਕਮਾ ਕੇ, ਜਿਹੜੀ ਉਹਨਾਂ ਨੇ ਆਪਣਾ ਅੰਗਾਂ ਦੇ ਵੀ ਦਾਨ ਕੀਤਾ, ਇਹਦੇ ਕੰਮ ਆਇਆ, ਇਹ ਵਧੀਆ ਨੇ। ਜਨਤਾ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ? ਚਲੋ, ਇੱਦਾਂ ਦਾ ਪ੍ਰਣ ਹਰ ਕਰਨਾ ਚਾਹੀਦਾ ਜੀ। ਚਲੋ, ਚੰਗੀ ਗੱਲ ਹੈ ਜੀ, ਉਹਨਾਂ ਕੀਤਾ ਠੀਕ ਹੈ। ਇਹ ਸਨ ਸਰਦਾਰ ਮੇਜਰ ਸਿੰਘ ਜੀ, ਜੋ ਕਹਿੰਦੇ ਆ ਕਿ ਬਹੁਤ ਵਧੀਆ ਉਪਰਾਲਾ ਕੀਤਾ ਵਾ, ਅਤੇ ਸਾਨੂੰ ਵੀ ਇਹ ਜਿਹੜਾ ਆਪਣੀ ਬੋਡੀ ਦੇ ਪਾਰਟ ਆ ਸਾਨੂੰ ਵੀ ਦਾਨ ਦੇ ਵਿੱਚ ਕਰਨੇ ਚਾਹੀਦੇ, ਵੱਧ ਤੋਂ ਵੱਧ ਕਿਸੇ ਦੇ ਕੰਮ ਆ ਸਕਣ, ਅਤੇ ਜਨਤਾ ਜਿਹੜੀ ਆ ਇੱਕ ਬਚ ਸਕੇ। ਕਈ ਵਾਰੀ ਕਈਆਂ ਕੋਲ ਨੇਤਰ ਨਹੀਂ ਹੁੰਦੇ, ਕਈ ਇੰਨਾ ਕਹਿੰਦੇ ਕਿ ਇੰਨੇ